ਪੀਜ਼ਾ ਦੇਣਾ ਬਈ, ਪਹਿਲਾਂ ਪੀਜ਼ਾ ਖਵਾਉਣਾ ਬੱਚਿਆਂ ਨੂੰ। ਜੋ ਅੱਜ ਬੇਟੀ ਸਿੰਮੂ ਦਾ ਜਨਮ ਦਿਨ ਹੈ ਮਹਾਰਾਜ, ਉਹਨਾਂ ਕੋਲ ਪਲੇਟਾਂ ਮੈਡਮ ਫ੍ਰੀ ਚ ਤਾਂ ਨੀ, ਪੈਸੇ ਤਾਂ ਲੈਣੇ। ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ 'ਚ ਆਪਾਂ ਆਹ ਜਿਹੜਾ ਕੱਟ ਕੀਤਾ ਹੋਇਆ ਸਰ, ਕਿਉਂਕਿ ਬਾਈ ਲਖਵੀਰ ਸਿੰਘ ਲੱਖਾ USA ਜਿਹੜੇ, ਉਹਨਾਂ ਦੀ ਲੜਕੀ ਦਾ ਜਿਹੜਾ ਸਿੰਮੂ ਦਾ ਅੱਜ ਜਨਮ ਦਿਨ, ਸੋ ਉਹਦੀ ਖਵਾਇਸ਼ ਸੀ ਕਿ ਪਿੰਡ ਦੇ ਜਿੰਨੇ ਵੀ ਬੱਚੇ ਆ ਸਾਰਿਆਂ ਨੂੰ ਮਤਲਬ ਇਕੱਠੇ ਕਰਕੇ ਇੱਕ ਥਾਂ ਤੇ ਜਨਮ ਦਿਨ ਮਨਾਉਣਾ ਵਾ, ਕਿਉਂਕਿ ਘਰੇ ਤਾਂ ਉਹ ਕਹਿੰਦਾ ਆਪਾਂ ਆਮ ਹੀ ਮਨਾਉਣੇ ਆ ਅੱਜ ਜਿਹੜੇ ਸਾਰੇ ਪਿੰਡ ਦੇ ਬੱਚਿਆਂ ਨਾਲ ਜਨਮ ਦਿਨ ਮਨਾਉਣਾ, ਤੇ ਉਹਨਾਂ ਵਾਸਤੇ ਜਿੰਨੇ ਵੀ ਕੇਕ ਆ ਜਿੰਨੇ ਵੀ ਮਤਲਬ ਪੀਜ਼ਾ ਲੱਗੂਗਾ ਉਹ ਉੱਥੋਂ ਮਤਲਬ ਬਾਹਰੋਂ ਪੈਸੇ ਭੇਜ ਕੇ, ਤੇ ਬਾਈ ਨੇ ਜਿਹੜਾ ਸਿੰਮੂ ਦਾ ਜਨਮ ਦਿਨ ਅੱਜ ਮਨਾਇਆ ਤੇ ਕੇਕ ਹੁਣ ਆਪਾਂ ਜਾ ਕੇ ਗਾਂਹ ਕੱਟਾਂਗੇ ਤੇ ਬੱਚੇ ਪਹੁੰਚ ਚੁੱਕੇ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਭਾਈ ਲਖਵੀਰ ਸਿੰਘ ਲੱਖਾ USA ਕਰਨਲ ਸਰਦਾਰ ਬਲਦੇਵ ਸਿੰਘ ਜੀ ਨੰਬਰਦਾਰ, ਸਰਦਾਰ ਬਲਦੇਵ ਸਿੰਘ ਨੰਬਰਦਾਰ ਦੀ ਪੁੱਤਰੀ ਬੇਟੀ ਸਿੰਮੋ, ਜੋ ਅੱਜ ਬੇਟੀ ਸਿੰਮੋ ਦਾ ਜਨਮ ਦਿਨ ਹੈ ਮਹਾਰਾਜ, ਕਿਰਪਾ ਕਰਨੀ ਬੇਟੀ ਨੂੰ ਲੰਮੀਆਂ ਲੰਮੀਆਂ ਉਮਰਾਂ ਬਖਸ਼ਣੀਆਂ, ਵਿਦਿਆ ਦੀਆਂ ਦਾਤਾਂ ਬੇਟੀ ਨੂੰ ਬਖਸ਼ਣੀਆਂ। ਬੇਟੀ ਚਲੋ ਭਾਈ ਛੱਡੋ ਕੁਰਸੀ, ਆ ਬਾਬਿਆਂ ਵਾਸਤੇ ਲਿਆਓ ਇੱਕ ਅੰਦਰੋਂ ਯਾਰ, ਆ ਕੁਰਸੀ ਲੈ ਕੇ ਖੋਲ ਬਾਬੇ ਮਾਰ ਅੰਦਰ ਪਈ, ਅੰਦਰ ਅੰਦਰ ਬਾਬਿਆਂ ਵਾਸਤੇ ਲਿਆ, ਇੱਧਰ ਲੈ ਦੂਜੇ 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 ਇਸ ਆਸਲ ਥੱਲੇ ਰੱਖੇ, ਬਾਕੀ ਬਿਸਤਰਾ ਮੰਜੇ ਤੇ ਕੱਢ ਦੀ। ਲਓ ਜੀ ਬੱਚੇ ਸਾਰੇ ਬਿਠਾ ਲਏ ਆ, ਉਹ ਬਹਿ ਜਾਓ ਤੁਸੀਂ, ਹਾਂਜੀ ਬਾਬਾ ਜੀ ਕਿਵੇਂ ਬਣਾਈ ਪ੍ਰੋਗਰਾਮ? ਬਹੁਤ ਵਧੀਆ ਜੀ, ਬਹੁਤ ਹਾਂਜੀ ਬਾਬਾ ਜੀ ਵਧੀਆ ਬਣਾਈ, ਬਹੁਤ ਵਧੀਆ, ਠੀਕ ਆ ਜੀ। ਲਓ ਬਾਈ ਜੀ ਤੇ ਹੁਣ ਕੇਕ ਕੱਟ ਕੱਟ ਕੇ ਬੱਚਿਆਂ ਨੂੰ ਜਿਹੜੇ, ਪਹਿਲਾਂ ਪੀਜ਼ਾ ਦੇਣਾ ਬਾਈ, ਪਹਿਲਾਂ ਪੀਜ਼ਾ ਖਵਾਉਣਾ ਬੱਚਿਆਂ ਨੂੰ। ਹਾਂ ਬਾਈ ਪੀਜ਼ਾ ਕਿਵੇਂ ਲੱਗਿਆ? ਬਹੁਤ ਸਵਾਦ। ਲੈ ਬਾਈ ਲਖਵੀਰ ਸਿੰਘ ਲੱਖੇ ਦਾ ਭਰਾ ਵਰਤਾ ਰਿਹਾ, ਕੀ ਇਹ ਆ? ਇਹ ਕੱਪ ਕੇਕ ਆ। ਲਓ ਬਾਈ ਲੈ ਬਈ ਕੱਕ, ਇਹਨਾਂ ਨੂੰ ਕੱਪ ਕੇਕ ਦੇ ਦਿੰਦੇ ਕਿਉਂਕਿ ਨਾ ਹੱਸ, ਤੇ ਕਿਉਂਕਿ ਇਹਨਾਂ ਕੋਲੇ ਪੀਜ਼ਾ ਨਹੀਂ ਪਹੁੰਚਿਆ, ਮੈਨੂੰ ਲੱਗਦਾ ਪੀਜ਼ਾ ਘੜਨਾ ਜਾਵੇ, ਹੌਲ ਜੇ ਪੈਂਦੇ ਜਵਾਕਾਂ ਨੂੰ, ਕੋਈ ਨਹੀਂ ਘੜਦਾ ਨਹੀਂ ਘੜਦਾ ਗਾ। ਬੜਾ ਖਰਾਬ ਬੰਦਾ ਇਹ, ਮੈਂ ਰਹਿ ਗਿਆ। ਲਓ ਜੀ ਲਓ ਬਾਬਾ ਜੀ ਤੁਸੀਂ ਕਿਵੇਂ ਰਹਿ ਜਾਓ? ਆਹ ਉਹਨੂੰ ਖਾ ਦੇਵੇ ਹੁਣ ਸਾਹਿਬ, ਆਈ ਭਾਇਆ ਆਰਾਮ ਸਿੰਘ ਕੋਲ।
ਉਹਨਾਂ ਕੋਲ ਪਲੇਟਾਂ ਹੈਗੀਆਂ ਦੇ ਬਾਈ ਦੇ ਆਰਾਮ ਸੇਕ ਚੱਕ ਪਲੇਟਾਂ ਨੀ ਮਿਲੀਆਂ ਲਿਆਓ ਬਾਈ ਲਿਆਓ ਪਲੇਟਾਂ ਪਲੇਟਾਂ ਲਿਆਓ ਬਾਈ ਪਲੇਟਾਂ ਇੱਧਰ ਨਹੀਂ ਮਿਲੀਆਂ ਨੀ ਆ ਨਹੀਂ ਤੂੰ ਡੋਗੋ ਰਾ ਜਾਏਗਾ ਪਲੇਟਾਂ ਦੇ ਦੋ ਚੱਕ ਠੀਕ ਆ ਕੱਢੀ ਆਓ ਚੈਬ ਸਾਰੇ ਬੱਚੇ ਬੱਚ ਵੀ ਇਹੀ ਚੀਜ਼ ਆ ਧੰਨ ਗੁਰੂ ਰਾਮਦਾਸ ਬਹੁਤ ਵਧੀਆ ਗੁਰਸੇਵ ਸਿੰਘ ਜੀ ਬਣਾਉਂਦੇ ਭਾਈ ਕੇਕ ਬਹੁਤ ਹੀ ਵਧੀਆ ਗੱਲ ਸੁਣੋ ਇੱਧਰ ਗੱਲ ਸੁਣੋ ਪਹਿਲਾਂ ਇਹ ਦੱਸੋ ਤੁਸੀਂ ਹੁਣ ਪੀਜ਼ਾ ਵੀ ਖਾਧਾ ਕੇਕ ਵੀ ਖਾਧਾ ਕੱਪ ਤੇ ਉਹ ਖਾਧੇ ਹਨਾ ਕੱਪ ਕੇਕ ਜੇ ਜਿਹੜੇ ਹੁੰਦੇ ਆ ਤੇ ਉਹ ਕਿਵੇਂ ਲੱਗੇ ਤੁਹਾਨੂੰ ਕਿੰਨੇ ਕੁ ਵਧੀਆ ਹੋਰ ਲੈ ਗਿਆ ਉਹ ਅੱਛਾ ਹੁਣ ਗੱਲ ਸੁਣ ਲਓ ਹੋਰ ਤਾਂ ਲੈ ਆਵਾਂਗੇ ਗੱਲ ਸੁਣੋ ਜੇ ਮੰਨ ਲਾ ਤੁਹਾਡਾ ਜਨਮ ਦਿਨ ਆ ਜੇ ਤੁਸੀਂ ਜਨਮ ਦਿਨ ਤੇ ਕੇਕ ਬਣਾਉਣਾ ਜਾਂ ਲੈ ਕੇ ਆਉਣੇ ਹੁੰਦੇ ਹਨਾ ਹੁਣ ਤੁਹਾਨੂੰ ਲੈ ਕੇ ਨਹੀਂ ਆਉਣਾ ਹੁਣ ਤੁਸੀਂ ਆ ਬਾਈ ਨੂੰ ਉਹਨੂੰ ਆਰਡਰ ਦਿਆ ਕਰਨਾ ਰਾਮ ਸੇਵਕ ਨੂੰ ਉਹਨਾਂ ਨੇ ਘਰੇ ਜਾ ਕੇ ਕਹਿਣਾ 5 ਘੰਟੇ 6 ਘੰਟੇ ਪਹਿਲਾਂ ਤੁਸੀਂ ਦੱਸ ਦੇਣਾ ਆਪਣੇ ਮੰਮੀ ਡੈਡੀ ਨਾਲ ਗੱਲਬਾਤ ਕਰਕੇ ਵੀ ਆਪਣੇ ਪਿੰਡ 'ਚ ਵੀ ਜਿਹੜੇ ਕੇਕ ਬਣਦੇ ਆ ਠੀਕ ਆ ਤੇ ਤੁਹਾਨੂੰ ਵਧੀਆ ਤਾਜ਼ਾ ਕੇਕ ਜਿਵੇਂ ਦਾ ਕਹੋਗੇ ਉਵੇਂ ਦਾ ਹੀ ਬਣਾ ਕੇ ਦੇਣਗੇ ਜੇ ਸਪਾਈਡਰਮੈਨ ਕਹਿਣਾ ਸਪਾਈਡਰਮੈਨ ਫ੍ਰੀ 'ਚ ਤਾਂ ਨਹੀਂ ਪੈਸੇ ਤਾਂ ਲੈਣੇ ਅੱਕਲ ਹੁਣ ਤੁਹਾਨੂੰ ਫ੍ਰੀ 'ਚ ਹੀ ਖਵਾਏ ਆ ਇਹ ਫ੍ਰੀ ਵਾਲਾ ਜਦੋਂ ਇੱਥੇ ਪ੍ਰੋਗਰਾਮ ਆ ਕਰੋ ਤਾਂ ਫ੍ਰੀ 'ਚ ਆ ਠੀਕ ਆ ਹੁਣ ਦੱਸੋ ਕਿਹਤੋਂ ਬਣਾਇਆ ਕਰੋਗੇ ਕੇਕ ਜੇ ਤੁਸੀਂ ਆ ਬਾਈ ਤੋਂ ਬਣਾਇਆ ਕਰੋਗੇ ਬਣਾਓਗੇ ਕਿ ਨਹੀਂ ਬਣਾਓਗੇ ਵੈਰੀ ਗੁੱਡ ਬਾਈ ਬੱਚਿਆਂ ਨੇ ਕੇਕ ਖਾਧੇ ਪਰ ਸਫਾਈ ਵੀ ਨਾਲ ਕਰੀ ਜਾਂਦੇ ਆ ਜਿਹੜੀ ਆਪਾਂ ਕੇਕ ਕੱਟ ਕੇ ਖਵਾ ਵੀ ਦਿੱਤਾ ਜਨਮ ਦਿਨ ਮਨਾ ਲਿਆ ਸਾਰਾ ਕੁਛ ਹੋ ਗਿਆ ਹਨਾ ਤੇ ਹੁਣ ਇਸ ਵੀਰ ਨੇ ਕੇਕ ਬਣਾਏ ਸੀਗੇ ਇਹਦਾ ਬ੍ਰਦਰ ਆ ਤੇ ਇਹਨਾਂ ਨੇ ਜਿਹੜਾ ਮਤਲਬ ਕੇਕ ਬਣਾਏ ਸੀਗੇ ਤੇ ਬਾਕੀ ਪੀਜ਼ਾ ਸੀ ਕੱਪ ਕੇਕ ਸੀਗੇ ਤੇ ਆਹ ਬਾਈ ਹੁਣੇ ਜਿਹੜੇ ਫੈਮਿਲੀ 'ਚੋਂ ਸੀਗੇ ਇਹਨਾਂ ਦੇ ਬ੍ਰਦਰ ਆ ਛੋਟੇ ਜਿਨ੍ਹਾਂ ਦੇ ਲਖਵੀਰ ਸਿੰਘ ਲੱਖਾ USA ਤੇ ਉਹਨਾਂ ਦੀ ਬੇਟੀ ਦਾ ਜਨਮ ਦਿਨ ਸੀਗਾ ਤੇ ਪਹਿਲਾਂ ਤਾਂ ਵਧਾਈਆਂ ਬਾਈ ਜਨਮ ਦਿਨ ਦੀਆਂ ਉਹਨਾਂ ਨੂੰ ਹਨਾ ਆਪਾਂ ਪਹਿਲਾਂ ਵੀ ਦੇ ਚੁੱਕਿਆ ਤੇ ਹੁਣ ਵੀ ਤੇ ਹੁਣ ਇਹ ਦੱਸੋ ਬਾਈ ਬਾਈ ਨੇ ਜਿਹੜੇ ਕੇਕ ਬਣਾਏ ਆ ਤੇ ਪੀਜ਼ਾ ਬਣਾਇਆ ਸੀਗਾ ਤੇ ਕਿੰਨਾ ਵਧੀਆ ਲੱਗਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਬਣਿਆ ਟੇਸਟੀ ਬੱਚਿਆਂ ਨੇ ਵੀ ਪਸੰਦ ਕੀਤਾ ਸਾਰਿਆਂ ਨੇ ਖਾਧਾ ਬਹੁਤ ਵਧੀਆ ਬਹੁਤ ਚੰਗੀ ਚੀਜ਼ ਹੈ ਜੇ ਕਿਸੇ ਨੇ ਬਣਾਉਣਾ ਵੀ ਚਾਹੁੰਦਾ ਇਹ ਤੋਂ ਜਾ ਕੇ ਹੀ ਮੁੰਡੇ ਤੋਂ ਬਣਾਓ ਹਾਂਜੀ ਤੁਸੀਂ ਦੱਸੋ ਜੀ ਹਾਂਜੀ ਪਹਿਲਾਂ ਤਾਂ ਅੱਜ ਸਾਡੀ ਪਿਆਰੀ ਬੱਚੀ ਸਿੰਮੂ ਜੀ ਦਾ ਜਨਮ ਦਿਨ ਹੈ ਤੇ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਵਾਹਿਗੁਰੂ ਦੇ ਚਰਨਾਂ 'ਚ ਕਿ ਪਰਮਾਤਮਾ ਉਹਨੂੰ ਖੁਸ਼ੀਆਂ ਤੇ ਬਹੁਤ ਬਹੁਤ ਤਰੱਕੀਆਂ ਬਖਸ਼ਿਸ਼ ਕਰੇ ਤੇ ਅੱਜ ਅਸੀਂ ਸਾਰੇ ਬੱਚਿਆਂ ਨੂੰ ਇੱਥੇ ਇਕੱਠੇ ਕੀਤਾ ਸੀਗਾ ਤੇ ਸਾਡੇ ਛੋਟੇ ਭਰਾ ਰਾਮ ਸੇਵਕ ਨੇ ਜਿਹੜਾ ਕੰਮ ਸ਼ੁਰੂ ਕੀਤਾ ਹਰਜੀ ਬੇਕਰੀ ਦੇ ਨਾਂ 'ਤੇ ਤੇ ਸਾਰਾ ਫਰੈਸ਼ ਜਿਹੜਾ ਕੇਕ ਕੱਪ ਕੇਕ ਪੀਜ਼ਾ ਬਰਗਰ ਸਾਰਾ ਕੁਛ ਜਿਹੜਾ ਉਹ ਫਰੈਸ਼ ਅੱਖਾਂ ਦੇ ਸਾਹਮਣੇ ਤਿਆਰ ਹੁੰਦਾ ਤੇ ਅਸੀਂ ਤਾਂ ਹੀ ਇਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਤੇ ਹੋਰ ਵੀ ਜਿੰਨੇ ਸਾਡੇ ਸੱਜਣ ਮਿੱਤਰ ਦੋਸਤ ਰਿਸ਼ਤੇਦਾਰ ਵੀ ਜਿਹੜੇ ਹੈਗੇ ਉਹਨਾਂ ਨੂੰ ਵੀ ਅਸੀਂ ਫੋਨ ਕਰਕੇ ਇਹੀ ਕਹਿੰਦੇ ਹਾਂ ਕਿ ਕੈਮੀਕਲ ਵਾਲਾ ਨਾ ਹੁਣ ਖਾਇਆ ਜੋ ਜਿਹੜਾ ਫਰਿੱਜਾਂ 'ਚ ਪਿਆ ਮਹੀਨੇ ਮਹੀਨੇ ਦਾ ਉਹ ਤੁਹਾਨੂੰ ਕੇਕ ਹੁਣ ਖਾਣ ਦੀ ਲੋੜ ਨਹੀਂ
ਨੰਬਰ ਜਿਹੜਾ ਇਹਦੇ 'ਤੇ ਡਿਸਪਲੇ ਕਰ ਦਿੱਤਾ ਜਾਊਗਾ ਵੀਡੀਓ ਦੇ ਵਿੱਚ। ਜਦੋਂ ਵੀ ਤੁਹਾਡੇ ਕੋਈ ਫੰਕਸ਼ਨ ਹੈ, 4 ਘੰਟੇ 5 ਘੰਟੇ ਪਹਿਲਾਂ ਫਰੈਸ਼ ਕੇਕ ਦਾ ਜਿਹੜਾ ਔਡਰ ਦਿਓ, ਅਤੇ ਆਪ ਵੀ ਤੰਦਰੁਸਤ ਰਹੋ ਅਤੇ ਪਰਿਵਾਰ ਨੂੰ ਵੀ ਤੰਦਰੁਸਤ ਜਿਹੜਾ ਉਹ ਰੱਖੋ। ਅਤੇ ਇੱਕ ਵਾਰ ਫਿਰ ਤੋਂ ਸਾਡੀ ਬੱਚੀ ਸਿੰਮੂ, ਉਹਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਅਤੇ ਵਾਹਿਗੁਰੂ ਮੇਰਾ ਕਰੇ ਸਾਰੇ ਸਾਡੇ ਐੱਨ ਆਰ ਆਈ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ ਕਰੇ, ਅਤੇ ਬਹੁਤ ਹੀ ਵਧੀਆ ਜਿਹੜਾ ਅਤੇ ਬਹੁਤ ਟੇਸਟੀ। ਠੀਕ ਹੈ ਜੀ, ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।